ਸਤਿ ਸ਼੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਆਪਣੇ ਯੂਟਿਊਬ ਚੈਨਲ 'ਤੇ ਤੁਹਾਡਾ ਸਾਰਿਆਂ ਦਾ ਔਰ ਵੈਲਕਮ ਆ ਤੁਹਾਡਾ ਨਵੇਂ ਬਲੌਗ 'ਚ। ਜਿਵੇਂ ਕਿ ਬਾਈ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਕੱਲ੍ਹ ਤਾਂ ਸ਼ਾਮ ਤੋਂ ਬਾਈ ਯਾਰ ਮੈਨੂੰ ਫੋਨ ਆਇਆ ਨਾ ਬੰਦੇ ਦਾ, ਕਹਿੰਦਾ ਵੀ ਸਿੱਧੂ ਮੂਸੇਵਾਲਾ। ਮੈਨੂੰ ਬਾਈ ਪਤਾ ਨਹੀਂ, ਮੈਂ ਆਪਣਾ ਕੰਮ ਕਰਦਾ ਤਾ, ਮਹਿਰ ਭਜਨ ਬਾਈ ਕੰਮ ਕਰਨ ਲੱਗੇ ਹੋਏ ਤੇ, ਕੰਮ ਕਰਦੇ ਕਰਦੇ ਮੈਨੂੰ ਫੋਨ ਆਇਆ, ਮੇਰੇ ਚਾਚੇ ਦਾ ਹੀ ਫੋਨ ਆਇਆ, ਕਹਿੰਦਾ ਸਿੱਧੂ ਮੂਸੇਵਾਲਾ ਮਾਰਤਾ, ਸਿੱਧੂ ਮੂਸੇਵਾਲੇ ਦੇ ਗੋਲੀਆਂ ਵੀ ਉਹਦੇ ਫਾਇਰਿੰਗ ਹੋਊਗੀ। ਬਾਈ ਜੇ ਤੁਸੀਂ ਮੰਨਿਓ ਯਕੀਨ ਨਹੀਂ ਆਇਆ ਹੈਗਾ, ਐਂ ਲੱਗਿਆ ਵੀ ਨਹੀਂ ਯਾਰ ਐਕਣ ਤਾਂ ਉਹਦੇ ਸਾਹ। ਹੁਣ ਅਜੇ ਗਾਣਾ ਆਇਆ 2-3 ਦਿਨ ਹੋਏ ਆ ਵੀ ਇਹੋ ਜਿਹੇ ਕੋਈ ਗੱਲੇ ਨਹੀਂ ਸਾਨੂੰ। ਹੁਣ ਆਪਾਂ ਨੂੰ ਬਾਈ ਕਿਆ ਪਤਾ ਵੀ ਕਿਆ ਹੋਇਆ ਕਿਆ ਨਹੀਂ ਹੋਇਆ ਨਾ ਜੀ, ਜਾਣੀ ਫਿਰ ਵੀ ਬਹੁਤ ਮੰਦਭਾਗੀ ਖਬਰ ਆ। ਵਾਹਿਗੁਰੂ ਮਹਾਰਾਜ ਉਹਦੇ ਆਤਮਾ ਨੂੰ ਆਪਣੇ ਚਰਨਾਂ 'ਚ ਲਾਵੇ, ਵਧੀਆ ਵਿਚਾਰੇ ਦੇ ਮਾਂ ਬਾਪ ਵੀ ਬਲ ਬਖਸ਼ਣ ਦਾ ਉਹਨਾਂ ਨੂੰ ਦੇਵੇ। ਬਹੁਤ ਗਲਤ ਹੋਇਆ, ਜਾਣੀ ਕੰਮ ਤਾਂ ਗਲਤ ਹੋਇਆ, ਕਿਸੇ ਮਾਂ ਦਾ ਪੁੱਤ ਚਲੇ ਜਾਣਾ, ਉਹ ਵੀ ਜਵਾਨ ਪੁੱਤ ਬਾਈ, ਇੱਕ ਮਹੀਨੇ ਤੱਕ ਵਿਆਹ ਤਾਂ ਕਹਿੰਦੇ। ਹੁਣ ਸੋਸ਼ਲ ਮੀਡੀਆ 'ਤੇ ਸੁਣਦੇ ਆਪਾਂ ਖਬਰਾਂ, ਸੁਣਦਾ ਮੈਂ ਵੀ ਸਮੇਰ ਦਾ ਹੀ ਇਹ ਚੀਜ਼ ਸੁਣਦਾ ਵੀ ਇੱਕ ਮਹੀਨੇ ਤੱਕ ਕਹਿੰਦੇ ਵਿਆਹ ਦਾ ਪੁਰਾਣਾ ਮਕਾਨ ਤਾਂ ਨਾ ਜਿਹੜਾ ਨਵਾਂ ਮਕਾਨ ਬਣਾਇਆ ਹਜੇ ਨਵੇਂ ਮਕਾਨ 'ਚ ਸ਼ਿਫਟ ਨਹੀਂ ਤੇ ਹੋਏ, ਕਹਿੰਦੇ ਵੀ ਇੱਕ ਮਹੀਨੇ ਤੱਕ ਸ਼ਿਫਟ ਹੋਵਾਂਗੇ, ਵਿਆਹ ਹੋਊ ਕਰਾਂਗੇ ਨਾਲੇ ਉੱਥੇ ਨਾਲੇ ਉੱਥੇ ਸ਼ਿਫਟ ਕਰਾਂਗੇ। ਦੇਖ ਲਓ ਬਾਈ ਕਿੰਨੇ ਕਿੰਨੇ ਸੁਪਨੇ ਸਜਾਏ ਹੋਏ ਵੀ ਰਹਿ ਗਏ ਆਪਣੇ ਭਰਾ ਦੇ। ਅਜੇ ਬਾਈ ਨੇ ਆਪਣੇ ਇੱਕ ਮੁੰਡਾ ਨਾ ਉੱਥੇ ਤੇ ਮੂਸੇ ਪਿੰਡ ਦੇ ਨਾਲ ਪਿੰਡ ਆ ਕੋਈ, ਉਹਦਾ ਮਲੇਸ਼ੀਆ 'ਚ ਆ ਉਹ, ਹਜੇ ਥੋੜ੍ਹੇ ਦਿਨ ਪਹਿਲਾਂ ਦੀ ਉਹ ਗੱਲ ਆ, ਬਹੁਤੇ ਦਿਨ ਨਹੀਂ, ਉਹ ਵੀਰ ਆਪਣਾ ਮਲੇਸ਼ੀਆ 'ਚ ਆ, ਉਹਨੇ ਮੈਨੂੰ ਕਾਲ ਕਰੀ, ਕਹਿੰਦਾ ਵੀਰ ਜੀ ਕੀ ਹਾਲ ਚਾਲ ਆ। ਮੈਂ ਕਿਹਾ ਵਧੀਆ ਬਾਈ ਜੀ, ਬਹੁਤ ਵਧੀਆ, ਤੁਸੀਂ ਸੁਣਾਓ। ਕਹਿੰਦਾ ਯਾਰ ਮੇਰਾ ਮੂਸੇ ਪਿੰਡ ਦੇ ਨਾਲੇ ਪਿੰਡ ਪੈਂਦਾ, ਮਾਨਸਾ ਜ਼ਿਲ੍ਹਾ, ਵੀ ਮੂਸੇ ਪਿੰਡ ਦੇ ਨਾਲ ਪਿੰਡ ਆ, ਸਿੱਧੂ ਮੂਸੇਵਾਲੇ ਕਹਿੰਦਾ ਮੇਰੀ ਚੰਗੀ ਕਹਿੰਦਾ ਯਾਰੀ ਦੋਸਤੀ ਆ, ਮੈਂ ਬਹਿਣੀ ਉੱਠਣੀ ਸੀ ਮੇਰੀ ਉਹਦੇ, ਕਹਿੰਦਾ ਜਿੱਦਾਂ ਮੈਂ ਬਾਹਰ ਆ ਗਿਆ ਜਦ ਤੇ ਤੁਹਾਨੂੰ ਪਤਾ ਹੀ ਆ, ਕਹਿੰਦਾ ਭਰਾ। ਮੈਂ ਕਿਹਾ ਠੀਕ ਆ ਵੀਰੇ, ਮੈਂ ਉਹਦੀ ਗੱਲਾਂ ਸੁਣਦਾ ਰਿਹਾ। ਉਹ ਵੀਰ ਨੇ ਮੈਨੂੰ ਅਜੇ 6-7 ਦਿਨ ਪਹਿਲਾਂ ਦੀ ਉਹ ਗੱਲ ਆ, ਬਹੁਤੀ ਲੰਬੀ ਚੌੜੀ ਗੱਲ ਨਹੀਂ ਹੋਈ, ਜਾਣੀ ਗੱਲ ਉਹਦੇ ਨਾਲ 5-7 ਮਿੰਟੇ ਹੋਈ ਆ, ਜਾਣੀ ਉਹ ਬਾਈ ਨੇ ਮੈਨੂੰ ਇੰਨੀ ਗੱਲ ਕਹੀ, ਕਹਿੰਦਾ ਵੀਰੇ ਤੂੰ ਸਿੱਧੂ ਮੂਸੇਵਾਲੇ ਨੂੰ ਇੱਕ ਵਾਰ ਮਿਲ ਕੇ ਆ, ਵੀ ਕਿੰਨਾ ਵਧੀਆ ਇਨਸਾਨ ਆ, ਕਿੰਨਾ ਦਿਲਦਾਰ ਸਮਝਦਾਰ ਬਹੁਤ ਬਾਈ। ਜਿਵੇਂ ਮੰਨ ਲਓ ਉਹਨੇ ਵੀਰ ਨੇ ਤਾਂ ਵਿਚਾਰੇ ਨੇ ਬਹੁਤ ਮੈਨੂੰ ਉਹ ਕਰਿਆ, ਕਹਿੰਦਾ ਵੀਰੇ ਬਲੌਗ ਬਣਾਈ, ਬਲੌਗ ਬਣਾ ਕੇ ਯੂਟਿਊਬ 'ਤੇ ਪਾਈ ਆਪਣੇ ਚੈਨਲ 'ਤੇ, ਵੀ ਦੇਖੀ ਕਿਵੇਂ ਤੂੰ ਤੈਨੂੰ ਮਿਲ ਕੇ ਪਤਾ ਲੱਗੂਗਾ, ਕਹਿੰਦਾ ਤੁਸੀਂ ਯਾਰ ਥੋੜ੍ਹੇ ਜਿਹੇ ਇੱਧਰ ਤੁਹਾਡੇ ਏਰੀਏ 'ਚ ਕਹਿੰਦਾ ਉਹ ਕਰਦੇ ਹਾਂ। ਮੈਂ ਕਿਹਾ ਚੱਲ ਬਾਈ ਗਾਉਣੇ ਗੂਣਿਆਂ ਦਾ ਕਿਆ ਵੀਰੇ, ਗਾਣੇ ਪਿੱਛੇ ਥੋੜ੍ਹੀ ਜਾਣਾ ਆਪਾਂ, ਹੁਣ ਉਹ ਗਾਣੇ ਵਾਲਾ ਕੋਈ ਕਿਸੇ ਨੂੰ ਕੁਛ ਕਹਿੰਦਾ, ਕਿਸੇ ਦੀ ਕੋਈ ਲੱਤ ਫੜਦਾ, ਕੋਈ ਬਾਂਹ ਫੜਦਾ, ਪਰ ਇਹ ਗਾਣੇ ਤਾਂ ਚਲੋ ਜਿਹੋ ਜਿਹੇ ਗਾਣੇ ਜਿਹੋ ਜਿਹੇ ਮਰਜ਼ੀ ਗਾਈਏ ਬਾਈ, ਆਪਣੀ ਦੁਨੀਆਦਾਰੀ ਇੰਜੋਏ ਕਰਦਾ ਤਾ, ਕਿਸੇ ਕੋ ਕੋਈ ਲੜਦਾ ਨਹੀਂ ਤਾ, ਕਿਸੇ ਕੋ ਭਿੜਦਾ ਨਹੀਂ ਤਾ, ਕੋਈ ਇਹ ਨਹੀਂ ਤਾਂ ਹੈਗਾ ਵੀ ਐਡਾ ਬੜਾ, ਜਿਵੇਂ 3-4 ਸਾਲ 'ਚ 5 ਸਾਲ 'ਚ ਐਡਾ ਬੜਾ ਨਾਂ ਕਮਾ ਗਿਆ ਸਿੱਧੂ ਮੂਸੇ ਵਾਲਾ, ਮੂਸੇ ਪਿੰਡ ਦਾ ਨਾਂ ਵੀ ਚਮਕਾ ਤਾ, ਜਾਣੀ ਐਂ ਨਹੀਂ ਤਾਂ ਕੋਈ ਫੁਕਰ ਕਰਦੀ ਨਹੀਂ ਤੀ, ਕੋਈ ਕੁਛ ਨਹੀਂ ਤਾ, ਨਹੀਂ ਤਾਂ ਬਾਈ ਤੁਹਾਨੂੰ ਪਤਾ ਹੀ ਆ ਵੀ ਜਾਂ ਕਿਸੇ ਦੀ ਇੰਨੀ ਚੜ੍ਹਾਈ ਹੋ ਜਾਵੇ, ਪਿੰਡ 'ਚ ਕਿਹੜਾ ਰਹਿੰਦਾ, ਇਹ ਪਹਿਲਾ ਸਿੰਗਰ ਤਾ ਜਿਹੜਾ ਆਪਣੇ ਪਿੰਡ 'ਚ ਰਹਿੰਦਾ, ਕੋਈ ਬਾਹਰ ਅਮਰੀਕਾ ਕਨੇਡਾ ਬਾਈ ਘਾਟ ਤਾਂ ਕੋਈ ਨਹੀਂ ਤੀ, ਉਹਨੂੰ ਵੀ ਜਾ ਸਕਦਾ ਤਾ, ਪਰ ਨਹੀਂ ਗਿਆ ਨਹੀਂ ਹੈਗਾ ਇੱਥੇ ਪੰਜਾਬ 'ਚ ਤਾਂ। ਚਲੋ ਮਹਾਰਾਜ ਫਿਰ ਆਪਾਂ ਹੀ ਕਹਿੰਦੇ ਹਾਂ ਬਾਈ, ਉਹ ਵੀਰ ਨੇ ਨਾ ਮੈਨੂੰ ਇੰਨਾ ਵੀ ਜਾਣੀ ਤੁਸੀਂ ਦਬਾਅ ਪਾਇਆ ਮੇਰੇ, ਵੀਰੇ ਤੂੰ ਸਿੱਧੂ ਕੋਲ ਜਾ ਕੇ ਆਈ, ਮੂਸੇ ਪਿੰਡ ਜਾ ਕੇ ਆਈ ਜ਼ਰੂਰ, ਕਹਿੰਦਾ ਤੈਨੂੰ ਖਰਚਾ ਵੀ ਮੈਂ ਪਾ ਦੂੰਗਾ ਵੀਰੇ ਜਾਣ ਦਾ, ਪਰ ਤੂੰ ਇੱਕ ਵਾਰ ਸਿੱਧੂ ਮੂਸੇ ਵਾਲੇ ਕੋਲ ਜ਼ਰੂਰ ਜਾ ਕੇ ਆਈ। ਚਲੋ ਮੈਂ ਵੀ ਉਹਨੂੰ ਬਾਈ ਜਾਗ ਲੱਗੇ ਅਤੇ ਆਪਣਾ ਇੰਨਾ ਮਾਣ ਇੱਜ਼ਤ ਕਰੇ, ਆਪਾਂ ਵੀ ਇਹਨੂੰ ਕੁਛ ਨਹੀਂ ਕਿਹਾ, ਆਪਾਂ ਵੀ ਹਮੇ ਇਹੀ ਭਰੀ ਵੀਰੇ ਜ਼ਰੂਰ ਜਾਵਾਂਗੇ ਜਿੱਦਣ ਮੇਰੇ ਕੋਲ ਟਾਈਮ ਹੋਇਆ। ਤੁਹਾਨੂੰ ਪਤਾ ਹੀ ਵੀ ਹਜੇ ਤਾਂ ਮੰਮੀ ਡੈਡੀ ਹਜ਼ੂਰ ਸਾਹਿਬ ਨੂੰ ਗਏ ਹਾਂ, ਮੈਨੂੰ ਤਾਂ ਹਜੇ ਬਾਈ ਜੇ ਸੱਚ ਪੁੱਛਦੇ ਹੋ ਘਰ ਤੋਂ ਬਾਹਰ ਮੈਂ ਕਿਤੇ ਜਾ ਨਹੀਂ ਸਕਦਾ, ਤਾਂ ਹੀ ਤੁਹਾਨੂੰ ਵੀ ਹਜੇ ਬਲੌਗ ਜਿਹੜੇ ਘਰ ਦੇ ਹੀ ਦਿਖਾ ਰਿਹਾ ਮੈਂ, ਹਜੇ ਤੁਹਾਨੂੰ ਪਤਾ ਬਾਈ ਜੇ ਮਾੜਾ ਮੋਟਾ ਹੁਣ ਪਿੱਛੇ ਤਾਂ ਚੱਕੀ ਦਾ ਕੰਮ ਵੀ ਆ, ਚਲੋ ਉਹ ਵੀ ਮਹਾਰਾਜ ਦੀ ਕਿਰਪਾ ਕਰਕੇ ਵਧੀਆ ਚੱਲੀ ਜਾਂਦਾ। ਫਿਰ ਇੱਕ ਡੈਡੀ ਨੇ ਡੰਗਰ ਇੱਕ ਗੈਰ ਬੱਛੀ ਰੱਖੀ ਹੋਈ ਹੈ, ਇੱਕ ਛੋਟੀ ਜਿਹੀ ਕੱਟੀ ਆ, ਉਹਨਾਂ ਦਾ ਵੀ ਕੱਖ ਕੰਡਾ ਵੀ ਦੇਖਣਾ। ਤੁਹਾਨੂੰ ਪਤਾ ਵੀ ਬਾਜਰਾ ਜੇ ਉੱਧਰ ਆਪਾਂ ਨੇ ਬੀਜਿਆ, ਹਜੇ ਬਾਜਰਾ ਬਾਈ ਮੇਰਾ ਹੋਇਆ ਨਹੀਂ ਹੈਗਾ, ਮੈਂ ਮੁੱਲ ਕੱਖ ਲਿਆਉਂਦਾ ਰੋਜ਼, ਖਮਾਣੋ 'ਤੇ ਲਿਆਉਂਦਾ, ਕਦੇ ਚਮਕੌਰ 'ਤੇ ਲਿਆਉਂਦਾ, ਕਰਕੇ ਬਾਈ ਟਾਈਮ ਨਹੀਂ ਲੱਗਦਾ। ਫਿਰ ਤੁਹਾਨੂੰ ਪਤਾ ਵੀ ਸਾਰਾ ਜ਼ਿੰਮੇਵਾਰੀ ਜੀ ਉਹ ਬੰਦੇ ਦੀ ਸਾਰੀ ਟੋਟਲੀ ਉੱਪਰ ਪੈ ਜਾਂਦੀ। ਉਹ ਵੀਰ ਨੇ ਨਾ ਮੈਨੂੰ ਖਰਚਾ ਦੇਣ ਤੱਕ ਵੀ ਉਹ ਕਰਦਾ, ਮੈਂ ਵੀਰੇ ਕੋਈ ਗੱਲ ਨਹੀਂ ਜਿੱਦਣ ਮੈਂ ਵਿਹਲਾ ਹੋ ਗਿਆ ਨਾ ਮੈਂ ਤੈਨੂੰ ਉੱਦਣ ਜ਼ਰੂਰ ਤੇਰੇ ਉੱਥੇ ਜਾ ਕੇ ਆਊਂਗਾ, ਸਿੱਧੂ ਮੂਸੇ ਪਿੰਡ ਸਿੱਧੂ ਬਾਈ ਨੂੰ ਜ਼ਰੂਰ ਮਿਲ ਕੇ ਆਊਂਗਾ, ਔਰ ਬਲੌਗ ਵੀ ਬਣਾ ਕੇ ਲਿਆਊਂਗਾ। ਬਸ ਬਾਈ ਦੇਖ ਲਓ ਜਾਂ ਕੱਲ੍ਹ ਮੈਨੂੰ ਪਤਾ ਲੱਗਿਆ ਬਾਈ ਪੈਰਾਂ ਥੱਲੇ ਤੇ ਜ਼ਮੀਨ ਖਿਸਕ ਗਈ ਵੀ ਆ ਗਿਆ ਹੋ ਗਿਆ ਯਾਰ। ਚਲੋ ਬਾਈ ਐਂ ਨਾ ਆਪਾਂ ਇਹ ਨਹੀਂ ਕਹਿੰਦੇ ਹੈਗੇ ਆਪਾਂ ਗਾਉਣੇ ਵਾਲੇ ਦੇ ਮਗਰ ਨਹੀਂ, ਗਾਣਾ ਮੂਸੇ ਦਾ ਵੀ ਸੁਣਦੇ ਤੇ ਬੱਬੂ ਮਾਨ ਦਾ ਵੀ ਸੁਣਦੇ, ਸਾਰਿਆਂ ਦਾ ਸੁਣਦੇ ਆਪਾਂ। ਸਾਡੇ ਮਨ 'ਚ ਇਹੋ ਜਿਹੀ ਕੋਈ ਅਨਸਕਤਾ ਨਹੀਂ ਹੈਗੀ ਵੀ ਜਿਹੜੀ ਅਸੀਂ ਇੱਕ ਦੇ ਹੀ ਗਾਣੇ ਸੁਣਦੇ ਹਾਂ, ਵੀ ਅਸੀਂ ਉਹਦੇ ਫੈਨ ਹਾਂ, ਕੋਈ ਕਿਸੇ ਦੇ ਅਸੀਂ ਕੱਟੜ ਫੈਨ ਨਹੀਂ। ਅੱਜ ਤਾਂ ਵੀਰੇ ਜਿਹੜਾ ਵਧੀਆ ਗਾਉਂਦਾ ਹੁਣ ਇਹਦੇ ਮਾਂ ਵਾਲਾ ਗਾਣਾ ਕੱਢਿਆ ਤਾ, ਮਾਂ ਤੇਰੇ ਵਰਗਾ ਨਹੀਂ, ਉਹ ਬਾਈ ਮੈਨੂੰ ਗਾਣਾ ਇੰਨਾ ਮੈਂ ਸੁਣਦਾ ਤਾ, ਕਮੈਨਾ ਪਰ ਵੀ ਇੰਨਾ ਜ਼ਿਆਦਾ ਸੁਣਦਾ ਤਾ ਵੀ ਜਿਹਦਾ ਰਹੇ ਰੱਬ ਦਾ ਨਾ, ਮੈਨੂੰ ਖੇਤ ਵਾਲੇ ਵੀ ਐਂ ਕਹਿਣਾ ਅਤੇ
ਵੀ ਤੂੰ ਵਾਜਾ ਹੋ ਗਿਆ ਇੱਕੋ ਗਾਣਾ ਸੁਣੀ ਜਾਂਦਾ ਬਹੁਤ ਬਾਈ ਮਨ ਨੂੰ ਦੁੱਖ ਲੱਗਿਆ ਇਹ ਚੀਜ਼ ਦਾ ਜਾਣੀ ਰੋਣਾ ਆਉਂਦਾ ਅੰਦਰ ਅਤੇ ਇੱਕ ਪਛਤਾਵਾ ਤਾਂ ਇਹ ਆ ਵੀ ਦੇਖੋ ਆਪਣੀ ਪੰਜਾਬੀ ਮਾਂ ਬੋਲੀ ਉਹ ਬੰਦੇ ਨੇ ਕਿੱਥੇ ਤੱਕ ਪਹੁੰਚਾਤੀ ਅਮਰੀਕਾ ਕਨੇਡਾ ਇੰਗਲੈਂਡ ਤੁਸੀਂ ਹੁਣ ਚਲੋ ਹੁਣ ਤਾਂ ਤੁਹਾਨੂੰ ਦੇ ਤੁਸੀਂ ਦੇਖ ਹੀ ਰਹੇ ਪਹਿਲਾਂ ਤਾਂ ਆਪਾਂ ਨੂੰ ਪਤਾ ਨਹੀਂ ਤਾ ਵੀ ਇੰਨੀ ਦੂਰ ਤੱਕ ਇਹਦੀ ਜਿਹੜੀ ਇੰਨੀ ਚੜ੍ਹਾਈ ਹੈ ਇੰਨੀ ਦੂਰ ਤੱਕ ਆ ਹੁਣ ਤਾਂ ਆਪਾਂ ਦੇਖ ਹੀ ਰਹੇ ਹਾਂ ਨਾ ਇਹ ਯੂਟਿਊਬ 'ਤੇ ਇੰਸਟਾਗ੍ਰਾਮ 'ਤੇ ਫੇਸਬੁੱਕ 'ਤੇ ਜਾਣੀ ਸੋਸ਼ਲ ਮੀਡੀਆ 'ਤੇ ਬਾਹਰ ਦੇ ਲੋਕ ਵੀ ਅਫਸੋਸ ਕਰ ਰਹੇ ਆ ਨਿਗਰੋ ਜਿਹੜੇ ਬਾਹਰ ਦੇ ਅਮਰੀਕਾ ਇੰਗਲੈਂਡ ਕਨੇਡਾ ਬਹੁਤ ਬਹੁਤ ਜ਼ਿਆਦਾ ਜਾਣੀ ਸੋਸ਼ਲ ਮੀਡੀਆ 'ਤੇ ਜਿਹੜੀ ਬਾਹਰ ਦੀ ਅਫਸੋਸ ਹੋ ਰਿਹਾ ਬਾਹਰ 'ਤੇ ਵੀ ਬਹੁਤ ਬਾਈ ਕੱਟੜ ਫੈਨ ਵੀ ਅਤੇ ਉਸ ਉਹ ਵੀ ਅਤੇ ਹੁਣ ਇਹ ਨਹੀਂ ਪਤਾ ਵੀ ਗੱਲ ਹੋਈ ਕਿਆ ਹੈ ਕਿਆ ਨਹੀਂ ਬਹੁਤ ਬਾਈ ਮਨ ਨਹੀਂ ਜਾਣੀ ਸ਼ਾਂਤੀ ਡਰ ਜਾ ਪਿਆ ਹੋਇਆ ਮਨ ਦੇ ਵਿੱਚ ਵੀ ਪਤਾ ਨਹੀਂ ਕਿਆ ਚੱਕਰ ਆ ਕਿਆ ਹੋਇਆ ਕਿਆ ਨਹੀਂ ਕਿਉਂ ਐਂ ਬਾਈ ਆਪਾਂ ਨਾ ਸਭ ਨੂੰ ਸੁਣਦੇ ਹਾਂ ਤੁਹਾਨੂੰ ਪਤਾ ਵੀ ਕੰਬਾਈਨਾਂ ਵਾਲਾ ਮਹਿਕਮਾ ਜਿਹੜਾ ਇਹਦੇ 'ਚ ਇੱਕ ਚਿੱਪ ਭਰਾ ਲੈਂਦੇ ਹਾਂ 30-7-8 GB ਦੀ ਚਿੱਪ ਹੁੰਦੀ ਆ ਉਹਨੂੰ ਭਰਾ ਲੈਂਦੇ ਹਾਂ ਭਰਾ ਕੇ ਉਹਨੂੰ ਲੱਗ ਜਾਂਦੇ ਹਾਂ ਇੱਕ ਵਾਰ ਫਸਾ ਦਿੰਦੇ ਹਾਂ ਮਸ਼ੀਨ 'ਚ ਬਸ ਹੋਵੇ ਰਿਪੀਟ ਪਰ ਚੱਲੀ ਜਾਂਦੀ ਆ ਸੁਣੀ ਜਾਂਦਾ ਜਿਹੜਾ ਆ ਗਿਆ ਆਪਾਂ ਗਾਣਾ ਕਦੇ ਤੁਹਾਨੂੰ ਪਤਾ ਵੀ ਵਧੀਆ ਗਾਣੇ ਗਾਉਣ ਤਾਂ ਬਾਈ ਇਹ ਵੀ ਬੱਬੂ ਮਾਨ ਨੇ ਵਧੀਆ ਗਾਉਣਾ ਸਾਰੇ ਗਾਣੇ ਵਧੀਆ ਗਾਉਂਦੇ ਆ ਕੋਈ ਇਹੋ ਜਿਹੀ ਗੱਲ ਨਹੀਂ ਦੀ ਬਹੁਤ ਬਾਈ ਮਨ ਨੂੰ ਦੁੱਖ ਲੱਗਿਆ ਜਾਣੀ ਇੱਕ ਅੱਖਾਂ 'ਚੋਂ ਅੰਜੂ ਨਹੀਂ ਨਿਕਲਦੇ ਬਾਕੀ ਦਿਲ ਨੂੰ ਇੰਨੀ ਸੱਟ ਵੱਜੀ ਹੋਈ ਆ ਰਾਤ ਦੀ ਵੀ ਜਿਹਦਾ ਨਾਮ ਕੋਈ ਨਹੀਂ ਹੈਗਾ ਹੈ ਨਾ ਜੀ ਚਲੋ ਮਹਾਰਾਜ ਨੂੰ ਵੀ ਆਤਮਾ ਨੂੰ ਆਪਣੇ ਚਰਨਾਂ ਦੇ ਵਿੱਚ ਲਾਵੇ ਔਰ ਮਾਂ ਬਾਪ ਨੂੰ ਬਲ ਬਖਸ਼ਣ ਦਾ ਦੇਵੇ ਵੀ ਵਧੀਆ ਸੁੱਖ ਸ਼ਾਂਤੀ ਰਹਿਣ ਚਲੋ ਬਾਈ ਮਾਵਾਂ ਦੇ ਕਹਿੰਦਾ ਖਾਣਾ ਭੁੱਲ ਜਾਂਦੀਆਂ ਨੇ ਮਾਵਾਂ ਮਰੇ ਪੁੱਤ ਨਹੀਂ ਭੁੱਲਦੇ ਮਾਵਾਂ ਨੂੰ ਉਹ ਗੱਲ ਸੱਚੀ ਆ ਰਾਜਵੀਰ ਜਮੰਦੇ ਦਾ ਗਾਣਾ ਆ ਜਿਹੜਾ ਮੈਂ ਹੁਣ ਸਟੇਟਸ ਦੇਖਿਆ ਤਾ ਬੜਾ ਦੁੱਖ ਲੱਗਿਆ ਚਲੋ ਕੋਈ ਨਹੀਂ ਬਾਈ ਹੁਣ ਤੁਹਾਨੂੰ ਪਤਾ ਹੀ ਆ ਵੀ ਜਿਹੜਾ ਹੋਣਾ ਉਹ ਤਾਂ ਹੋ ਕੇ ਖੜਨਾ ਹੈ ਨਾ ਜੀ ਜਿੰਨਾ ਉਹਦਾ ਦਾਣਾ ਪਾਣੀ ਲਿਖਿਆ ਤਾ ਵੀਰ ਦਾ ਉਨਾ ਚੁੱਕ ਗਿਆ ਚਲੋ ਹੁਣ ਤੁਹਾਨੂੰ ਬੁੱਗਲ ਬਾਈ ਕੋਲ ਘਰ ਦੇ ਕੋਲ ਆਪਣੇ ਮਨੀ ਸਰਪੰਚ ਦੀ ਜ਼ਮੀਨ ਆ ਬੁੱਗਲ ਬਾਈ ਇੱਥੇ ਤਾਂ ਥੈਲੇ ਚੱਕਦਾ ਹੀ ਨਹੀਂ ਪਤਾ ਕਾਹਦੇ ਚੱਕਦਾ ਦਿਖਾਉਣਾ ਤੁਹਾਨੂੰ ਨਾਲੇ ਮਿਲਾਉਣਾ ਬੁੱਗਲ ਬਾਈ ਗਿੱਲ ਛਿੱਟੇ ਦਾ ਮਹਾਰ ਬੁੱਗਲ ਬਾਈ ਸਾਡਾ ਔਰ ਥੈਲੇ ਚੱਕਣ ਲੱਗਿਆ ਬਾਈ ਇਹ ਨਹੀਂ ਪਤਾ ਕਾਹਦੇ ਚੱਕਦਾ ਨਾਲੇ ਬਾਈ ਤੁਹਾਨੂੰ ਬਾਜਰਾ ਦਿਖਾਉਣਾ ਜਿਹੜਾ ਕਲਾਸ ਦੇ ਲੱਗਿਆ ਤਾ ਨਾ ਬਾਜਰਾ ਉੱਥੇ ਤੁਹਾਨੂੰ ਦਿਖਾਇਆ ਤਾ ਉਹ ਸਾਡੇ ਵੀਰੋ ਲਾਇਆ ਮੈਂ ਵੀ 25 ਇੰਚ ਲਿਆਇਆ ਤਾ ਪਤਾ ਨਹੀਂ ਜੰਮੀਆਂ ਉੱਦਣ ਨਹੀਂ ਹਜੇ ਪਤਾ ਨਹੀਂ ਤੁਹਾਨੂੰ ਮੈਂ ਵੀ ਦਿਖਾਉਣਾ ਆਪਣੇ ਬਾਜਰੇ 'ਚ ਵੀ ਜਾਊਂਗਾ ਨਾਲੇ ਬਾਜਰਾ ਦੇਖ ਕੇ ਉਹਨਾਂ ਗਿਆ ਵੀ ਨਹੀਂ ਕਈ ਦਿਨ ਹੋ ਗਏ ਦੇਖਦੇ ਵੀ ਰੇਹ ਪਾਣੀ ਮੰਗਦਾ ਕਿ ਨਹੀਂ ਚਲੋ ਹੁਣ ਤੁਹਾਨੂੰ ਬੁੱਗਲ ਬਾਈ ਕਾ ਮਿਲਾਉਣਾ ਲਓ ਜੀ ਬਾਈ ਉਹ ਲੱਗਿਆ ਹੈ ਸਾਹਮਣੇ ਬੁੱਗਲ ਬਾਈ ਬਾਜਰਾ ਹੀ ਬਾਜਰਾ ਬੀਜਿਆ ਮਨੀ ਉਹਨਾਂ ਨੇ ਉਹ ਪਰਲੇ ਪਾਸੇ ਗੰਨਾ ਉਹ ਸਾਹਮਣੇ ਆਪਣਾ ਘਰ ਆ ਜਿਹਦਾ ਆਪਾਂ ਕਲਾਸ ਦੇ ਬਾਜਰਾ ਦੇਖ ਕੇ ਇਹਦੇ ਨਾ ਬਾਈ ਆਹ ਬਾਜਰਾ ਜੀ ਉਹ ਆਹ ਦੇਖੋ ਬੁੱਗਲ ਬਾਈ ਵੱਢ ਕੇ ਲਿਜਾਂਦਾ ਰੋਜ਼ ਇੱਥੇ ਅਤੇ ਬਹੁਤ ਬਾਈ ਗੰਨੇ ਮੰਗਣਾ ਖੜਾ ਤਾਂ ਹਜੇ ਵੱਢ ਲਏ ਆ ਆਹ ਦੇਖੋ ਫਿਰ ਪਿੱਛੇ ਨੇ ਜਿਹੜੇ ਫੁੱਟਣ ਲੱਗ ਜਾਣਾ ਬਹੁਤ ਬੜਾ ਹੋ ਗਿਆ ਤਾਂ ਗੰਨੇ ਵਾਂਗੂ ਜਿਵੇਂ ਪਹਿਲਾਂ ਗੰਨਾ ਤਾਂ ਨਾ ਯਾਰ ਉਰੇ ਗੰਨਾ ਖੜਾ ਤਾਂ ਐਂ ਲੱਗਦਾ ਵੀ ਗੰਨਾ ਹੀ ਖੜਾ ਉਹ ਲੱਗਿਆ ਹੈ ਬੁੱਗਲ ਬਾਈ ਵੀ ਗੰਨਾ ਦੇਖ ਲਓ ਇੱਧਰ ਇਹਦੇ ਵਿੱਚ ਸਰੋਂ ਤੀ ਸਰੋਂ ਵੱਢ ਲਈ ਸਰੋਂ ਤੋਂ ਬਾਅਦ ਇਹ ਮਸ਼ੀਨ ਗਲੇ ਸਰੋਂ ਕੱਢੀ ਆ ਬਾਈ ਸਾਰੀ ਉਹ ਆਹ ਜਿੰਨੀ ਵੀ ਗੰਨੇ ਦੇ ਵਿੱਚ ਸਰੋਂ ਦੀ ਨਾ ਸਾਰੀ ਮਸ਼ੀਨ ਗੱਲ ਕੱਢੀ ਹੋਈ ਹੈ ਸਰੋਂ ਸਾਡਾ ਏਰੀਏ 'ਚ ਉਹਨੂੰ ਵਾਲੀ ਮਸ਼ੀਨ ਨੇ ਕੱਢੀ ਆ ਉਹ ਬੁੱਗਲ ਬਾਈ ਚਲੋ ਮਿਲਾਉਣਾ ਹੁਣ ਤੁਹਾਨੂੰ ਬੁੱਗਲ ਗੱਲ ਲਓ ਜੀ ਆ ਗਏ ਬੁੱਗਲ ਬਾਈ ਕੋਲ ਮਿਲੋ ਜੀ ਇੱਧਰ ਬੁੱਗਲ ਬਾਈ ਨੂੰ ਹੋਰ ਬੁੱਗਲ ਬਾਈ ਠੀਕ ਹੈ ਜੀ ਕਿਆ ਕਰੀ ਜਾਂਦਾ ਇਹ ਕਿੱਥੇ ਤੇ ਲਿਆਇਆ ਤੂੰ ਇੰਨਾ ਕੂੜਾ ਕੜਾੜ ਬਹੁਤ ਆਉਂਦਾ ਤਾਂ ਇੰਨਾ ਕਾਹਦੇ ਛੱਡਦੇ ਹੁੰਦੇ ਪਹਿਲਾਂ ਤੁਸੀਂ ਬਹੁਤ ਕੂੜਾ ਹੈ ਫਿਰ ਹੁਣ ਇੱਕ ਕੱਢ ਕੇ ਥੈਲੇ ਭਰ ਰੱਖੇ ਹੋਏ ਇਹਨੇ ਕਿਆ ਕਰੂੰਗਾ ਫਿਰ ਅੱਗ ਲਾਉਣੀ ਹੈ ਅੱਜ ਤਾਂ ਗਿੱਲੇ ਹਜੇ ਕਿੱਥੇ ਚੱਲ ਜਾਂਦੇ ਘੰਟੇ ਵਿੱਚ ਗਏ 15 ਮਿੰਟ ਲੱਗਣੇ ਹੈ ਲੱਗਦਾ ਮਾੜੀ ਹਵਾ ਪੈਣ ਦੇ ਹੁਣੇ ਗਏ ਹੈ ਬਾਜਰਾ ਬੁੱਗਲ ਬਾਈ ਕਿਵੇਂ ਹੈ ਇਹ ਜਿਹੜਾ ਬੀਜਿਆ ਬਾਜਰਾ ਬਹੁਤ ਹੈ ਨਜ਼ਾਰੇ ਆ ਲੋਕ ਆਉਣਗੇ ਦੂਰ ਦੂਰ ਤੋਂ ਲੈਣ ਹੈ ਦਿੱਲੀ ਤੱਕ ਨਹੀਂ ਆਊਗੀ ਸਾਡੇ ਕੋਲ ਵੇਚੋ ਲੈ ਇੰਨਾ ਬਾਜਰਾ ਉਹ ਹੈ ਬਹੁਤ ਮਹਿੰਗਾ ਚੜ੍ਹਾਈ ਜਾ ਪੂਰਾ ਆ ਸੈੱਲ ਜਾ ਚੱਕ ਲਾ ਪੱਖੇ ਵਾਲਾ ਚੱਲਦਾ ਹੋਣਾ ਹੈ ਤੈਨੂੰ ਸੈੱਲ ਵੀ ਨਹੀਂ ਦੇਖਦਾ ਰੱਖ ਲਾ ਤੂੰ ਸਿੱਟ ਦੇ ਉੱਥੇ ਥੈਲੇ ਪਰ ਅੱਗ ਲਾ ਦੀ ਸਾਲੇ ਵਿੱਚ
ਹੁਣ ਤੂੰ ਇਹੋ ਜਿਹੇ ਦੁਪਹਿਰੇ ਜਗਾ ਤੇ ਆਇਆ ਭਲਾ ਸ਼ਾਮ ਸ਼ੂਮ ਨੂੰ ਆਉਂਦਾ ਨਹੀਂ ਸ਼ਾਮ ਨੂੰ ਸੁੱਕਣੇ ਤੇ ਹਾਂ ਸੁੱਕਣੇ ਤੇ ਤਾਂ ਹੁਣ ਮੈਂ 15 ਮਿੰਟ ਬਾਅਦ ਅੱਗ ਲਾ ਲੈਣੀ ਖੋਲ ਕੇ ਖਰਾਬ ਮੀਂਹ ਮੂੰਹ ਦਾ ਮਾਹੌਲ ਹਨੇਰੀ ਬਹੁਤ ਚੱਲਦੀ ਆ ਨਾ ਦੇਖੋ ਬਾਈ ਖੇਤ ਸਾਰੇ ਵਿਹਲੇ ਹੀ ਵਿਹਲੇ ਪਏ ਆ ਤਿਆਰ ਕਰੇ ਪਏ ਜੀਰੀ ਵਾਸਤੇ ਪੂਰਾ ਏਰੀਆ ਸਾਡਾ ਤਾਂ ਮੱਕੀ ਮੁੱਕੀ ਉਹ ਖੜੀ ਦਿਖੂਗੀ ਤੁਹਾਨੂੰ ਜੇ ਦਿਖੂਗੀ ਕਿਤੇ ਮੁਗਲ ਬਾਈ ਚਾਰ ਕਦ ਪਾਉਣਾ ਉਹ ਮੱਕੀ ਦਾ ਹੈ ਚਾਰ ਖਾਲੇ ਮੱਕੀ ਦਾ ਹੋਈ ਕੱਲ ਹੀ ਹੋਈ ਕਿਤੇ ਹੋਰ ਦੋ ਤਿੰਨ ਟਰਾਲੇ ਨੀ ਦੋ ਤਿੰਨ ਕੀਲੇ ਕੀਲੇ ਚੋਂ ਸਾਡੇ ਵਾਲਾ ਵਿੱਚ ਪਾ ਕੇ ਮੇਰਾ ਬਾਜਰਾ ਵਧੀਆ ਹੋ ਗਿਆ ਬਹੁਤ ਹੈ ਤੇਰਾ ਪਾਪਾ ਕਹਿੰਦਾ ਪੱਟ ਰਹੀ ਹੈ ਮਹਾਂ ਪੱਟਣਾ ਨਹੀਂ ਕਿਹਾ ਦੇਖਣੀ ਆ ਹੁਣ ਇਹਨੇ ਹੈ ਮੰਨ ਲਗਾ ਹੁਣ ਮੇਰੇ ਵਾਲਾ ਬਾਜਰਾ ਤਾਂ ਟੌਪ ਦਾ ਖੜਾ ਹੋਣਾ ਮੈਂ ਰੇਹ ਤਿੰਨ ਵਾਰ ਪਾਸਾ ਹੋ ਗਿਆ ਮੇਰੇ ਵਾਲੇ ਚ ਅੱਛਾ ਰੇਹ ਪਾ ਪਾ ਕੇ ਠਾਲਦਾ ਤਾਂ ਐਂ ਤਾਂ ਤੂੰ ਕਾਰੀਗਰ ਆ ਪੂਰਾ ਐਂ ਤਾਂ ਬਾਈ ਛਿੱਟੇ ਦਾ ਜਿਹੜੀ ਚੀਜ਼ ਦਾ ਮਰਜ਼ੀ ਛਿੱਟਾ ਦਵਾ ਲਓ ਪੁੱਗਲ ਬਾਈ ਕੈ ਸਾਲ ਹੋ ਗਏ ਤੈਨੂੰ ਇਹੀ ਕੰਮ ਕਰਦੇ ਨੂੰ ਹੈ ਆਏ ਖੇਤੀ ਕਰਦੇ ਨੂੰ ਐ 65 ਸਾਲ ਦੀ ਉਮਰ ਆ ਮੇਰੀ ਬਹੁਤ ਤਜਰਬਾ ਬਾਈ ਤੈਨੂੰ ਬੁਕਰ ਬਾਈ 65 ਸਾਲ ਦੀ ਉਮਰ ਆ ਮੇਰੀ ਹੈ 35 ਸਾਲ ਮੈਨੂੰ ਖੇਤੀ ਕਰਦੇ ਨੂੰ 35 ਸਾਲ ਬਹੁਤ ਜਣੀ ਸਾਰੀ ਉਮਰ ਇੱਕ ਇੱਕਣੇ ਕੱਢਤੀ ਛਿੱਟੇ ਦਾ ਕਾਰੀਗਰ ਬਹੁਤ ਆ ਬਾਈ ਇਹ ਚਾਹੇ ਕਿਲੋ ਸਰੋਂ ਦੇ ਕੇ ਛਿੱਟਾ ਮਰਵਾ ਲਓ ਕਿੱਲੇ ਸਿਰ ਕਿਲੋ ਹੈ ਪਾਈਆ ਸਰੋਂ ਦਾ ਛਿੱਟਾ ਮਾਰ ਦੂਗਾ ਬਾਈ ਇਹ ਬੰਦਾ ਬਹੁਤ ਕਾਰੀਗਰ ਆ ਖੇਤੀ ਦਾ ਉਹਨੇ ਬਹੁਤ ਐਕਸਪੀਰੀਅੰਸ ਆ ਰੇਹ ਪਾਇਆ ਹੋਇਆ ਮਨੀ ਉਹਨਾਂ ਨੇ ਬਸ ਹੁਣ ਬੁੱਗਲ ਬਾਈ ਜੀਰੀ ਦੀ ਤਿਆਰੀ ਹੈ ਫਿਰ ਬਸ ਮੈਂ ਚੱਲਿਆ ਹੁਣ ਮੈਂ ਬਾਜਰਾ ਦਿਖਾ ਦਾ ਮਾੜਾ ਜਿਹਾ ਆਪਣਾ ਚੱਲ ਠੀਕ ਆ ਫਿਰ ਬਣਾਊਂਗਾ ਕਿਤੇ ਪਾ ਦੇਣੀ ਸ਼ਾਮ ਨੂੰ ਹਾਂ ਚਲੋ ਬਾਈ ਹੁਣ ਤੁਹਾਨੂੰ ਆਪਣਾ ਬਾਜਰਾ ਦਿਖਾਉਣਾ ਇੱਧਰ ਮਨੀ ਵਾਲੀ ਪਨੀਰੀ ਆਹ ਹੈਗੀ ਹੈ 26 ਦੀ ਉਹ ਹੈਗੀ ਹੈ ਪੂਛਾ ਦੀ ਸਾਡੇ ਏਰੀਏ 'ਚ ਬਾਈ ਪੂਛਾ ਬਹੁਤ ਲੱਗਦੀ ਆ ਹਜੇ 26 ਜਾਣੀ ਥੋੜ੍ਹੀ ਜਿਹੀ ਲੇਟ ਲੱਗੂਗੀ ਪੂਛਾ ਪਹਿਲਾਂ ਲੱਗ ਜਾਂਦੀ ਹੈ ਇਹ ਬਈ ਪੱਕਦੀ ਲੇਟ ਆ ਨਾ ਬਾਈ ਇਹ ਜਾਨੂੰ ਇਹ 26 ਵੱਢ ਹੁੰਦੀ ਹੈ ਵਿੱਚ ਸਾਰੇ ਨਾਲੋਂ ਵੱਢ ਬਾਅਦ ਜਾ ਕੇ ਵੱਢ ਹੁੰਦੀ ਹੈ ਇਹ ਪੂਛਾ ਸਾਡੇ ਏਰੀਏ 'ਚ ਤਾਂ ਹੀ ਤਾਂ ਕਾਲੇ ਵਾਲੀ ਮਸ਼ੀਨ ਉਰੇ ਲਿਆਉਂਦੇ ਹੁੰਦੇ ਆਪਾਂ ਇੱਧਰ ਇੱਥੇ ਵੀ ਬਾਈ ਮਨੀ ਨੇ ਬਾਜਰਾ ਹੀ ਬਾਜਰਾ ਬੀਜਿਆ ਹੋਇਆ ਸਾਰਾ ਲਓ ਜੀ ਬਾਈ ਆਹ ਆਪਣੇ ਵਾਲਾ ਬਾਜਰਾ ਆ ਗਿਆ ਬਾਈ ਜਿਸ ਦਿਨ ਬੀਜਿਆ ਨਾ ਉਹ ਤਾਂ ਦੂਏ ਦਿਨ ਮੀਂਹ ਪੈ ਗਿਆ ਤਾ ਮੈਨੂੰ ਤਾਂ ਹਜੇ ਤਾਂ ਮੈਂ ਕਿਤੇ ਹੋਣਾ ਨਹੀਂ ਇਹਨੇ ਪਰ ਵਧੀਆ ਹੋ ਗਿਆ ਹੈ ਵੀ ਦੂਆ ਨਾ ਇਹ 500 ਵਾਲਾ ਬੀਜ ਅਟਵਟਾ ਵਿੱਚ ਵਿੱਚ ਜਾਣੀ ਛਿੱਦਾ ਜਾਇਆ ਵਾ ਬਾਕੀ ਜਿੰਨਾ ਛਿੱਦਾ ਰਹੂਗਾ ਬਾਈ ਉਨਾ ਤਾਂ ਇਹ ਪੂਜਾ ਜ਼ਿਆਦਾ ਮਾਰਦਾ ਵਧੀਆ ਹੋ ਗਿਆ ਠੀਕ ਆ ਲੰਘ ਜਾਣੇ ਤੇ 2 ਮਹੀਨੇ ਬਾਕੀ ਜਿਹੜਾ ਕਲਾਸ 'ਤੇ ਪੱਚੀਆਂ ਲਿਆ ਤਾਂ ਕੁੱਤਿਆਂ ਨੇ ਬਾਈ ਕਰਤੀਆਂ ਨੰਗੀਆਂ ਫੁੱਟਿਆ ਤਾਂ ਹੈ ਫੁੱਟਿਆ ਤਾਂ ਹੈਗਾ ਬਾਈ ਹਰਾ ਆ ਦੇਖੋ 25 ਦੱਬੀਆਂ ਹੋਈਆਂ ਜਿਹੜੀ ਵਿੱਚ ਉਰੇ ਦੱਬੀਆਂ ਹੋਈਆਂ ਇੱਧਰ ਸਾਰੀਆਂ 25 ਦੱਬੀਆਂ ਹੋਈਆਂ ਨਾਲ ਨਾਲ ਬੀਜ ਵਾਸਤੇ ਮੈਂ ਚਲੋ ਬੀਜ ਤਿਆਰ ਕਰਾਂਗੇ ਫਿਰ ਸਾਰਾ ਹੀ ਬੀਜ ਲਾਂਗੇ ਇੱਥੇ ਵੀ ਬੀਜਿਆ ਹੋਇਆ ਜਿੱਥੇ ਖਾਲੀ ਖਾਲੀ ਜਗ੍ਹਾ ਦਿਖਦੇ ਸਾਰੇ ਉਹੀ ਬੀਜਿਆ ਹੋਇਆ ਬਾਜਰੇ ਤੋਂ ਬਾਅਦ ਦੇਖੋ ਜੀ ਮੱਕੀ ਮੱਕੀ ਵੀ ਕੁੱਕੜੀਆਂ ਨੇ ਪਈਆਂ ਹੋਈਆਂ ਹੁਣ ਭੁੰਨ ਕੇ ਵੀ ਦੇਖਾਂਗੇ ਕਿਸੇ ਦਿਨ ਲਾਵਾਂਗੇ ਕਰਾਂਗੇ ਕੁੱਕੜੀਆਂ ਦੀ ਭੁਨਾਈ ਵੀ ਇੱਧਰ ਵੱਢਣ ਲੱਗੇ ਹੋਏ ਆ ਚਾਰ ਵਾਸਤੇ ਨਿੰਦਰ ਹੁਣੀ ਚਾਰ ਪਾ ਰਹੇ ਆ ਉਹ ਸਾਹਮਣੇ ਜਿੱਥੇ ਟਰਾਲੀ ਖੜੀ ਆ ਤੂੜੀ ਵਾਲੀ ਉਹਦੇ ਨਾਲੇ ਬਾਈ ਚਾਰ ਪਾ ਤਾ ਇਹਨੇ ਨਿੰਦਰ ਨੇ ਵੀ ਆਹ ਬਾਈ ਆਪਣਾ ਪਿੰਡ ਆ ਸਾਹਮਣੇ ਛੋਟਾ ਜਿਹਾ ਬਾਕੀ ਬਾਈ ਤੁਸੀਂ ਇੱਕ ਕਮੈਂਟ ਕਰਕੇ ਜ਼ਰੂਰ ਦੱਸਿਓ ਮੇਰੀ ਇੱਕ ਮਨ ਦੀ ਖਵਾਇਸ਼ ਆ ਉਹ ਮੈਂ ਤੁਹਾਨੂੰ ਫਰੰਟ ਕੈਮਰੇ ਗੱਲ ਕਰਕੇ ਦੱਸਦਾ ਮੱਕੀ ਦਾ ਵੀ ਚਾਰ ਵਾਸਤੇ ਲੱਗ ਹੀ ਜਾਣ ਬਾਕੀ ਇੱਕ ਕਮੈਂਟ ਕਰਕੇ ਨਾ ਬਾਈ ਮੈਨੂੰ ਜ਼ਰੂਰ ਦੱਸਿਓ ਮੇਰੇ ਇੱਕ ਮਨ ਦੀ ਥੋੜ੍ਹੀ ਜਿਹੀ ਤਮੰਨਾ ਵੀ ਮੈਂ ਆਉਣਾ ਬਾਈ ਪਿੰਡ ਆ ਨਾ ਜਿਹੜਾ ਮੇਰਾ ਮੈਂ ਪਿੰਡ ਦੀ ਵਧੀਆ ਵੀਡੀਓ ਬਣਾ ਕੇ ਐਨ ਫੁੱਲ ਸਿਰੇ ਦੀ ਵੀਡੀਓ ਪਿੰਡ 'ਚ ਪੂਰੇ 'ਚ ਫਿਰ ਕੇ ਚਾਹੇ 2 ਪਾਟਾਂ 'ਚ ਪਾਵਾਂ ਵੀ ਤੁਹਾਡੇ ਤੱਕ ਪਹੁੰਚਾਵਾਂ ਯੂਟਿਊਬ 'ਤੇ ਪਾਵਾਂ ਇੱਕ ਵਾਰ ਪਿੰਡ ਦੀ ਵੀਡੀਓ ਵੀ ਆਪਣੇ ਦੀ ਕਿਵੇਂ ਸਾਡੇ ਪਿੰਡ 'ਚ ਸਰਪੰਚ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਬਾਈ ਸਰਪੰਚ ਸਾਹਿਬ ਨੇ ਸਾਡੇ ਨੇ ਐਤਕੀ ਇਸ ਵਾਰ ਬਹੁਤ ਜ਼ਿਆਦਾ ਪਿੰਡ ਦੀ ਜਿਹੜੀ ਲੋਕੇਸ਼ਨ ਹੀ ਚੇਂਜ ਕਰਤੀ ਲਾਈਟਾਂ ਸੀਵਰੇਜ ਮੜੀਆਂ ਸ਼ਮਸ਼ਾਨ ਘਾਟਾਂ ਦੇ ਇਹੋ ਜਿਹੇ ਬਣਾਏ ਪਏ ਆ ਸਾਡੇ ਪਿੰਡ ਦੇ ਸ਼ਮਸ਼ਾਨ ਘਾਟ ਦੇਖੋਗੇ ਜੇ ਤੁਸੀਂ ਐਂ ਕਹੋਗੇ ਵੀ ਸ਼ਮਸ਼ਾਨ ਘਾਟ ਨਹੀਂ ਕਿਸੇ ਦਾ ਮਕਾਨ ਆ ਬਹੁਤ ਵਧੀਆ ਬਣਾਏ ਹੋਏ ਆ
ਆਪਾਂ ਇਹ ਜ਼ਰੂਰ ਇੱਕ ਦਿਨ ਬਲੌਗ ਤੁਸੀਂ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਿਓ ਵੀ ਮੈਂ ਕਿੱਦਾਂ ਬਲੌਗ ਪਾਵਾਂ ਜਾਂ ਨਾ ਪਾਵਾਂ ਪਿੰਡ ਦਾ ਆਪਣੇ ਦਾ। ਬਾਕੀ ਤੁਹਾਡੇ ਭਰਾ ਹੁਣ ਜੇ ਤੁਸੀਂ ਦੇਖੋਗੇ ਬਾਈ ਤਾਂ ਪਾਊਂਗਾ, ਨਹੀਂ ਤੁਸੀਂ ਦੇਖਣਾ ਤਾਂ ਆਪਾਂ ਨਹੀਂ ਪਾਵਾਂਗੇ। ਜ਼ਰੂਰ ਦੱਸਿਓ ਬਾਈ ਕਮੈਂਟਾਂ। ਚਲੋ ਠੀਕ ਆ ਬਾਈ, ਅੱਜ ਦੀ ਵੀਡੀਓ ਆਪਣੀ ਇੱਥੇ ਤੱਕਰ ਸੀ, ਹੁਣ ਆਪਾਂ ਮਿਲਾਂਗੇ ਕਿਸੇ ਅਗਲੀ ਵੀਡੀਓ 'ਚ। ਸਾਡੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਔਰ ਟਰੈਕਟਰਾਂ ਦਾ ਜਿਹੜਾ ਸਟਾਂਟਿੰਗ ਦੀ ਟੈਸਟਿੰਗ ਦੀ ਉੱਦਣ ਉਹ ਟੈਸਟਿੰਗ 'ਤੇ ਆਪਾਂ ਇੱਕ ਅੱਧੇ ਦਿਨ 'ਚ ਉਹਨਾਂ ਦਾ ਬਲੌਗ ਆ ਜਿਹੜਾ ਫਿਰ ਪਾਵਾਂਗੇ, ਦੇਖਾਂਗੇ ਵੀ ਟੈਸਟਿੰਗ ਕਿੱਥੇ ਕੁ ਤੱਕ ਪਹੁੰਚੀ ਆ। ਮਾੜੇ ਜੇ ਹਜ਼ੂਰ ਸਾਹਿਬ ਤੋਂ ਆਪਣੇ ਮਾਤਾ ਪਿਤਾ ਗਏ ਹੋਏ ਆ, ਮੰਮੀ ਡੈਡੀ ਉਹਨਾਂ ਦੀ ਬਾਈ ਬਹੁਤ ਟਾਈਮ ਦੀ ਤਮੰਨਾ ਸੀ, ਮੰਮੀ ਮੇਰੀ ਕਦੇ ਨਹੀਂ ਗਈ, ਡੈਡੀ ਤਾਂ ਮੇਰਾ ਇੱਕ ਦੋ ਵਾਰ ਜਾ ਵੀ ਆਇਆ। ਚਲੋ ਅਸੀਂ ਤਾਂ ਹੁਣ ਤੁਹਾਨੂੰ ਪਤਾ ਹੀ ਹੈ ਕੋਲ ਜਾਂਦੇ ਆ, ਉੱਥੇ ਘੁੰਮ ਫਿਰੇ ਆਉਂਦੇ ਹਾਂ। ਜਾਣੀ ਮੰਮੀ ਮੇਰੀ ਵਿਚਾਰੀ ਕਦੇ ਨਹੀਂ ਸੀ ਗਈ, ਇਹੀ ਗੱਲ ਕਹੀ ਨੇ ਮੰਮੀ, ਕਹਿੰਦੀ ਪਤਾ ਨਹੀਂ ਜਾ ਹੋਣਾ ਪਤਾ ਨਹੀਂ। ਚਲੋ ਹੁਣ ਬਾਈ ਮੈਰਿਜ ਹੋ ਗਈ ਤੀ, ਮੈਰਿਜ ਹੋਣ ਕਰਕੇ ਘਰਾਂ ਰੋਟੀ ਪਾਣੀ ਦੀ ਟੈਨਸ਼ਨ ਤੀ ਬਾਈ, ਮੰਮੀ ਮੇਰੀ ਅੱਜ ਤੱਕ ਕਦੇ ਕਿਤੇ ਰਹੀ ਨਹੀਂ, ਉਹਨੂੰ ਐਂ ਤਾਂ ਵੀ ਰੋਟੀ ਪਾਣੀ ਕਿੱਥੇ ਖਾਣਗੇ, ਤਾਂ ਕਰਕੇ ਨਹੀਂ ਜਾਂਦੀ। ਹੁਣ ਆਪਣਾ ਮੈਰਿਜ ਹੋ ਗਈ, ਰੋਟੀ ਪਾਣੀ ਦਾ ਵੀ ਸੌਖਾ, ਕਿਉਂ ਐਂ ਬਹੂ ਘਰ ਦਾ ਕੰਮ ਸਾਂਭ ਲੈਂਦੀ ਹੈ ਮੇਰੀ ਘਰਵਾਲੀ, ਉਹਤੇ ਰੋਟੀ ਪਾਣੀ ਦੀ ਕੋਈ ਟੈਨਸ਼ਨ ਨਹੀਂ ਹੈਗੀ। ਮੰਮੀ ਨੂੰ ਹੁਣ ਭੋਰਾ ਟੈਨਸ਼ਨ ਨਹੀਂ, ਹੁਣ ਅੱਜ 5 ਦਿਨ ਹੋ ਗਏ ਗਏ ਨੂੰ, ਹੁਣ ਅੱਜ ਲੋਕਲ ਦੇ ਗੁਰਦੁਆਰਾ ਸਾਹਿਬ ਘੁੰਮਦੇ ਹਾਂ, ਉੱਥੇ ਦਰਸ਼ਨ ਕਰਦੇ ਹਾਂ, ਦਰਸ਼ਨ ਮੇਲੇ। ਬਾਕੀ ਨੇਤਰ ਬਾਈ ਵੀ ਉੱਥੇ ਪਹੁੰਚਿਆ ਹੋਇਆ ਉਹਨਾਂ ਕੋਲ, ਨੇਤਰ ਬਾਈ ਉਹਨਾਂ ਦਾ ਗਿਆ ਤਾਂ ਡੈਡੀ ਉਹਨਾਂ ਨਾਲ ਗਲੇ, ਕੱਲ੍ਹ ਮੇਰੇ ਮੰਮੀ ਡੈਡੀ ਨਾਲੇ ਗਏ ਤੀ ਉਹਨਾਂ ਦੇ, ਇੱਥੇ ਮਿਲ ਗਏ ਹੋਣੇ ਜਿਹੜੇ ਆਪਣੇ ਨਾਮਦੇਵ ਦਾ ਗੁਰਦੁਆਰਾ, ਉੱਥੇ ਨੇਤਰ ਬਾਈ ਉਹਨਾਂ ਗਏ ਤੇ ਇੱਕ ਗੱਡੀ 'ਚ। ਚਲੋ ਠੀਕ ਆ ਬਾਈ, ਦੱਸਿਓ ਜ਼ਰੂਰ ਕਮੈਂਟ ਕਰਕੇ, ਮਿਲਾਂਗੇ ਹੁਣ ਕਿਸੇ ਅਗਲੇ ਬਲੌਗ 'ਚ। ਸਾਡੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।